ਲਓ ਜੀ ਆਪਣੀ ਸੀਕਰੇਟ ਆਈਟਮ ਆ ਜਿਹੜੀ, ਅਤੇ ਆਹ ਆ ਗਈ ਉਹ, ਠੀਕ ਆ ਜੀ। ਕਰਦੇ ਹਾਂ ਇਹਨੂੰ ਅਨਬੋਕਸ ਆਪਾਂ, ਠੀਕ ਆ ਜੀ। ਅਤੇ ਆਹ ਪਤਾ ਨਹੀਂ ਲਿਖਿਆ ਹੋਇਆ ਕੀ ਲਿਖਿਆ, ਜੰਬੋ ਬਲੂ ਲਿਖਿਆ ਹੋਇਆ ਠੀਕ ਆ ਜੀ। ਇਹਦੇ 'ਤੇ ਲਿਖਿਆ ਨਹੀਂ ਹੋਇਆ ਸ਼ਹਿਰ ਕੀ ਆ, ਇਹਦੇ 'ਤੇ ਕੁਛ ਨਹੀਂ ਮੈਨਸ਼ਨ ਕੀਤਾ ਠੀਕ ਆ ਜੀ, ਇਕੱਲਾ ਫਰਨੀਚਰ ਲਿਖਿਆ ਹੋਇਆ। ਸੋ ਖੋਲ੍ਹਦੇ ਹਾਂ ਆਪਾਂ ਇਹਨੂੰ, ਠੀਕ ਆ ਜੀ। ਅਤੇ ਦੇਖੋ ਜੀ ਕੀ ਆ ਇਹ, ਏਡਾ ਵੱਡਾ ਠੀਕ ਆ ਜੀ, ਜਿਹੜਾ ਬੋਰੇ 'ਚ ਪੈਕ ਹੋ ਕੇ ਆਇਆ ਦੇਖ ਲਓ, ਠੀਕ ਆ ਜੀ। ਬੋਰੇ ਦੇ ਵਿੱਚ ਪੈਕ ਹੋ ਕੇ ਆਇਆ ਇਹ, ਠੀਕ ਆ। ਹੱਥ ਦਿਖਾਇਆ ਇਹਨਾਂ, ਦੇਖ ਲਓ ਕਿੱਡਾ ਵੱਡਾ ਠੀਕ ਆ ਜੀ, ਕਿੱਡਾ ਵੱਡਾ ਗਾ ਦੇਖ ਲਓ, ਠੀਕ ਆ ਜੀ। ਅਤੇ ਖੋਲ੍ਹਦੇ ਹਾਂ ਆਪਾਂ ਇਹਨੂੰ, ਠੀਕ ਆ ਜੀ। ਦੇਖੋ ਜੀ ਹੁਣ ਆਪਾਂ ਇਹਨੂੰ ਰੱਖ ਲੈਂਦੇ ਹਾਂ ਇੱਥੇ, ਫੋਨ ਕੈਮਰੇ ਨੂੰ ਆਪਣੇ ਨੂੰ, ਠੀਕ ਆ ਜੀ। ਚਲੋ ਜੀ ਖੋਲ੍ਹਦੇ ਹਾਂ ਆਪਾਂ। ਲਓ ਜੀ ਕਰਿਓ ਜੀ ਚੈੱਕ, ਇਹ ਜਗ੍ਹਾ 'ਤੇ ਲੱਗੀਆਂ ਹੋਈਆਂ ਟੇਪਾਂ ਟੁਪਾਂ, ਪੈੱਨ ਖੁੱਭ ਗਈ ਉਂਗਲ 'ਚ। ਚਲੋ ਕੋਈ ਗੱਲ ਨਹੀਂ, ਚੱਲਦਾ ਹੀ ਰਹਿੰਦਾ ਇੰਨਾ ਕੁ। ਕਰੋ ਚੈੱਕ ਕੀ ਜੀ ਹੈ, ਠੀਕ ਆ ਜੀ। ਲਓ ਫਿਰ ਲਓ ਜੀ, ਠੀਕ ਆ ਜੀ। ਦੇਖੋ ਕੀ ਚੀਜ਼ ਆ, ਆਹ ਦੇਖੋ ਇੱਧਰਲੇ ਪਾਸੋਂ, ਆਹ ਦੇਖੋ ਇੱਧਰਲੇ ਪਾਸੋਂ, ਠੀਕ ਆ ਜੀ। ਇੱਧਰੋਂ ਖੋਲ੍ਹਦੇ ਹਾਂ ਆਪਾਂ, ਬੈੱਲ ਵਗੈਰਾ ਤਾਂ ਹੈ ਨਹੀਂ ਗਾ ਇਹਦੇ 'ਚ, ਕੋਈ ਬੈੱਲ ਵਗੈਰਾ ਨਹੀਂ ਹੈਗਾ। ਖੋਲ੍ਹਦੇ ਹਾਂ, ਲਓ ਕਰੋ ਚੈੱਕ ਕੀ ਚੀਜ਼ ਹੈ। ਲਓ ਜੀ ਲਿਫਾਫੇ ਨੂੰ ਰੱਖਦੇ ਹਾਂ ਸਾਈਡ 'ਤੇ, ਅਤੇ ਦੇਖ ਲਓ ਆ ਗਿਆ ਇਹਦਾ ਬਿੱਲ, ਠੀਕ ਆ ਜੀ। ਆ ਕਿਵੇਂ ਪਾੜ ਪਾੜ ਕੇ ਸੁੱਟੇ ਹੋਏ ਆ। ਅੱਛਾ ਇਹਦਾ ਇੰਸਟਰਕਸ਼ਨ ਦੇ ਦਿੱਤੇ ਹੋਏ ਕਿਵੇਂ ਟੰਗਣਾ, ਠੀਕ ਆ ਜੀ। ਇਹ ਹੈਗਾ ਆਪਣਾ ਝੂਲਾ, ਠੀਕ ਆ ਜੀ, ਜਿਹੜਾ ਇਨਡੋਰ ਲੱਗਦਾ ਇਹ, ਅੰਦਰ ਘਰ ਦੇ ਅੰਦਰ ਕਮਰੇ ਦੇ ਅੰਦਰ ਜਾਂ ਕੋਲੀਡੋਰਸ ਕਹਿ ਦਈਏ, ਕੋਲੀਡੋਰ ਹੁੰਦੇ ਆ ਜਿਹੜੇ ਉੱਥੇ, ਠੀਕ ਆ ਜੀ। ਆਹ ਜਿਹੜਾ ਹੈਗਾ ਕਹਿੰਦਾ ਇਹਦੀਆਂ ਹੈਗੀਆਂ ਗਾ ਕੁੰਡੀਆਂ, ਠੀਕ ਆ ਜੀ, ਇਹਨਾਂ 'ਚ ਰੱਸੀਆਂ ਪੈਣੀਆਂ, ਠੀਕ ਆ ਜੀ। ਅਤੇ ਇਹ ਲੱਗਣਾ ਗਾ ਇਸ ਤਰ੍ਹਾਂ, ਠੀਕ ਆ ਜੀ। ਲਓ ਜੀ ਕਰੋ ਚੈੱਕ, ਇਹ ਹੈਗਾ ਗਾ ਪੈਣ ਵਾਲਾ, ਠੀਕ ਆ ਜੀ। ਦੇਖ ਲਓ ਤੁਸੀਂ, ਬਹੁਤ ਹੀ ਪੁੱਲ ਹੈਗਾ, ਸੋਫਟ ਸੋਫਟ ਆ, ਸੌਂ ਵੀ ਸਕਦੇ ਹਾਂ ਪੈਂਦੇ, ਠੀਕ ਆ ਜੀ। ਦੇਖ ਲਓ ਇਸ ਤਰ੍ਹਾਂ ਲੱਗਣਾ ਇਹ, ਦਿਖਾ ਦਿੰਦੇ ਹਾਂ ਆਪਾਂ ਤੁਹਾਨੂੰ। ਲਓ ਜੀ ਠੀਕ ਆ ਜੀ, ਇਸ ਤਰ੍ਹਾਂ ਲੱਗਣਾ। ਲਓ ਜੀ ਕਰ ਦਿੰਦੇ ਹਾਂ ਤੁਹਾਨੂੰ ਤਾਂ, ਠੀਕ ਆ ਜੀ। ਲਓ ਇਸ ਤਰ੍ਹਾਂ ਲੱਗਣਾ, ਠੀਕ ਆ ਜੀ, ਦੇਖ ਲਓ ਧਿਆਨ ਨਾਲ। ਬਾਕੀ ਤੁਹਾਨੂੰ ਟੰਗ ਕੇ ਦਿਖਾਵਾਂਗੇ ਆਪਾਂ, ਠੀਕ ਆ ਜੀ। ਫਿਰ ਦੇਖਿਓ ਜੀ ਤੁਸੀਂ ਕਿੰਨਾ ਸਿਰਾ ਲੱਗਦਾ, ਠੀਕ ਆ ਜੀ। ਚਲੋ ਇਹਨੂੰ ਟੰਗਦੇ ਹਾਂ ਆਪਾਂ ਹੁਣ, ਠੀਕ ਆ ਜੀ। ਚਲੋ ਅਤੇ ਜਗ੍ਹਾ ਵੇਖਦੇ ਹਾਂ ਆਪਾਂ ਕਿੱਥੇ ਲਾਉਣਾ, ਲਾਵਾਂਗੇ ਅੰਦਰ ਹੀ, ਠੀਕ ਆ ਜੀ, ਨਹੀਂ ਤਾਂ ਬਾਹਰ ਆਪਣੇ ਲੂੰਘੜਿਆਂ ਨੇ ਨਹੀਂ ਛੱਡਣਾ ਗਾ, ਠੀਕ ਆ ਜੀ, ਸਾਰਾ ਪਾੜ ਦੇਣਾ। ਚਲੋ ਟੰਗਦੇ ਹਾਂ ਆਪਾਂ ਇਹਨੂੰ, ਠੀਕ ਆ ਜੀ। ਫਿਰ ਦਿਖਾਉਂਦੇ ਹਾਂ ਤੁਹਾਨੂੰ ਆਪਾਂ, ਬਸ ਆਹੀ ਚੀਜ਼ਾਂ ਸੀਗੀਆਂ ਇਹਦੇ 'ਚ, ਇੱਕ ਆਹ ਗਾ ਅਤੇ ਇੱਕ ਇਹ ਕੁੰਡੀਆਂ, ਠੀਕ ਆ ਜੀ। ਚਲੋ ਟੰਗਦੇ ਹਾਂ ਹੁਣ ਆਪਾਂ ਇਹਨੂੰ। ਲਓ ਜੀ ਆਪਾਂ ਟੰਗਤਾ ਗਾ ਆਪਣਾ, ਠੀਕ ਆ, ਝੂਲਾ ਦੇਖ ਲਓ ਇੱਧਰ। ਲਓ ਜੀ ਠੀਕ ਆ ਜੀ, ਅਤੇ ਆਪਾਂ ਨੂੰ ਸੰਗਲ ਥੋੜ੍ਹਾ ਪਾਉਣਾ ਪਿਆ ਲਿਆ ਕੇ, ਠੀਕ ਆ ਜੀ। ਉਹ ਟੋਟਾ ਜਿਹੜਾ ਤੁਹਾਨੂੰ ਦਿਖਦਾ, ਕਿਉਂਕਿ ਇਹਦੇ ਨਾਲ ਕੁੰਡੇ ਹੀ ਆਏ ਸੀਗੇ, ਇਹ ਨੀਵੇਂ ਵਾਸਤੇ ਦਿੱਤਾ ਹੋਇਆ, ਕੋਈ ਹੋਰ ਹੋ ਸਕਦਾ ਛੱਤਾਂ ਨੀਵੀਆਂ ਵਾਸਤੇ, ਜਾਂ ਆਪਣੀ ਛੱਤ ਜ਼ਿਆਦਾ ਉੱਚੀ ਹੈ, ਠੀਕ ਆ ਜੀ। ਅਤੇ ਦੇਖ ਲਓ ਤੁਸੀਂ ਹੁਣ ਕਿੱਦਾਂ ਦੀ ਲੁੱਕ ਲੱਗਦੀ ਹੈ, ਠੀਕ ਆ ਜੀ। ਲਓ ਜੀ ਬਾਕੀ ਤੁਹਾਨੂੰ ਚਲਾ ਕੇ ਦਿਖਾ ਦਿੰਦੇ, ਠੀਕ ਆ ਜੀ। ਲਓ ਜੀ ਦੇਖ ਲਓ, ਬਹੁਤ ਆਰਾਮਦਾਰੀ ਆਉਂਦੀ ਇਹਦੇ 'ਤੇ, ਠੀਕ ਆ ਜੀ।
ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਕਿਸੇ ਨੇ ਲੈਣਾ ਹੋਵੇ ਤਾਂ। ਸਾਰਾ ਸਮਾਨ ਇਹਦੇ ਨਾਲ ਹੁੰਦਾ, ਬਸ ਜਿਹੜੀ ਸੰਗਲੀ ਤੁਹਾਨੂੰ ਦਿਖਾਈ ਆ ਉਹ ਆਪਾਂ ਕੋਲੋਂ ਪਾਈ ਆ, ਠੀਕ ਆ ਜੀ। ਬਾਕੀ ਦੱਸ ਦਿਓ ਠੀਕ ਆ ਕਿੱਦਾਂ ਦਾ ਲੱਗਦਾ, ਆਪਾਂ ਇੱਥੇ ਸਹੀ ਟੰਗਿਆ ਜਾਂ ਨਹੀਂ, ਠੀਕ ਆ ਜੀ। ਜੇ ਗਲਤ ਲੱਗਦਾ ਤਾਂ ਵੀ ਦੱਸ ਦਿਓ, ਠੀਕ ਆ ਜੀ। ਇਹ ਵੈਸੇ ਜ਼ਿਆਦਾ ਸੋਹਣਾ ਕੋਰੀਡੋਰਸ 'ਚ ਲੱਗਦਾ, ਠੀਕ ਆ ਜੀ। ਇਹਨਾਂ ਦੇ ਕੋਰੀਡੋਰਸ ਹੁੰਦੇ ਆ ਪੁਰਾਣੇ ਟਾਈਪ ਦੇ ਘਰ, ਠੀਕ ਆ ਜੀ। ਉੱਥੇ ਜ਼ਿਆਦਾ ਸੋਹਣਾ ਲੱਗਦਾ, ਜਿਵੇਂ ਬਰਾਂਡਾ ਹੋ ਗਿਆ, ਠੀਕ ਆ ਜੀ। ਅਤੇ ਬਾਕੀ ਦੱਸ ਦਿਓ ਜੇ ਆਪਾਂ ਸਹੀ ਟੰਗਿਆ ਜਾਂ ਨਹੀਂ, ਠੀਕ ਆ ਜੀ, ਕਿੱਦਾਂ ਦਾ ਲੱਗਦਾ। ਅਤੇ ਆਪਾਂ ਫਿਰ ਮਿਲਦੇ ਹਾਂ, ਠੀਕ ਆ, ਕਿਸੇ ਹੋਰ ਘੈਂਟ ਜੀ ਅਨਬੋਕਸਿੰਗ ਦੀ ਵੀਡੀਓ 'ਚ, ਠੀਕ ਆ ਜੀ। ਅਤੇ ਆਪਾਂ ਕਰਦੇ ਹਾਂ ਆਰਾਮ, ਠੀਕ ਆ, 10 ਮਿੰਟ। ਅਤੇ ਚਲੋ ਜੀ, ਠੀਕ ਆ, ਫਿਰ ਮਿਲਦੇ ਹਾਂ, ਧੰਨਵਾਦ ਸਾਰਿਆਂ ਦਾ।